ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਹੋ ਸਾਰੇ ਸਾਡੇ ਬੰਨਿਓ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਜਿਹੜੀ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਯੂਰਪ ਯੂਨੀਅਨ ਦੀ ਵੀਡੀਓ ਹੈ ਇਨਫੋਰਮੇਸ਼ਨ ਹੈ ਇਹਦੇ ਵਿੱਚ ਕਾਫੀ ਇੰਡੀਆ ਪਾਕਿਸਤਾਨ ਸਾਰਿਆਂ ਦੀ ਖੁਸ਼ਖਬਰੀ ਸਾਰਿਆਂ ਲਈ ਖੁਸ਼ਖਬਰੀ ਆਏ ਸੀ ਵਾਲਿਆਂ ਲਈ ਕਿਉਂਕਿ ਹੁਣ ਯੂਰਪ ਯੂਨੀਅਨ ਦੀਆਂ ਅੱਗੇ ਵੋਟਾਂ ਵੀ ਨੇ ਉਹਦੇ ਬਾਰੇ ਵੀ ਦੱਸਾਂਗੇ ਤੇ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਜ਼ਰੂਰ ਕਰ ਲਓ ਅੱਗੇ ਸ਼ੇਅਰ ਕਰਦੇਆ ਕਰੋ ਯਾਰਾਂ ਮਿੱਤਰਾਂ ਨਾਲ ਤੋਡੇ ਲਈ ਵੀਡੀਓ ਬਣਾਇਦਿਆਂ ਨੇ ਆਪਾਂ ਕੋਈ ਏਜੰਟ ਨਹੀਂ ਵੀ ਸਾਨੂੰ ਪਾਹੇ ਮਿਲਦੇ ਨੇ ਵੀ ਅਸੀਂ ਬੰਦੇ ਲੱਭਦੇ ਆਂ ਵੀ ਸਾਡੇ ਕੋਲ ਬੰਦੇ ਆਉਣ। ਬਾਕੀ ਇੱਕ ਹੋਰ ਇਨਫੋਰਮੇਸ਼ਨ ਆ ਜੇ ਕੋਈ ਹੰਗਰੀ ਵਾਲਾ ਵੀਰ ਵੀਡੀਓ ਦੇਖਦਾ ਸ਼ੁਰੂ ਤੋਂ ਹੀ ਇੱਕ ਫਾਰਮ ਦੇ ਵਿੱਚ ਬੰਦਿਆਂ ਨੂੰ ਬੰਦਿਆਂ ਦੀ ਲੋੜ ਆ ਜਿਹੜਾ ਪਹਿਲਾਂ ਹੀ ਹੰਗਰੀ ਦੇ ਵਿੱਚ ਹੈ ਹਨਾ ਉੱਥੇ 3-4 ਬੰਦਿਆਂ ਦੀ ਲੋੜ ਆ ਜੇ ਕੋਈ ਕੰਮ ਚੇਂਜ ਕਰਾਉਣਾ ਚਾਹੁੰਦਾ ਆਪਣੇ ਨਾਲ ਕੰਟੈਕਟ ਕਰ ਲਵੇ ਇੰਸਟਾਗ੍ਰam ਤੇ 9991 ਤੇ ਤੇ ਚਲੋ ਸ਼ੁਰੂ ਕਰਦੇ ਆਂ ਵੀਡੀਓ ਤੇ ਮੇਨ ਜਿਹੜੀ ਵੀਡੀਓ ਆਪਣੀ ਯੂਰਪ ਯੂਨੀਅਨ ਦੇਆਂ ਇਕਤਾਜੀ ਵੋਟਾਂ ਨੇ ਹਨਾ 6 ਜੂਨ ਤੋਂ ਲੈ ਕੇ 9 ਜੂਨ ਤੱਕ ਪੂਰੇ ਯੂਰਪ ਵਿੱਚ ਵੋਟਾਂ ਪੈਣੀਆਂ ਨੇ ਤੇ ਉਸ ਤੋਂ ਬਾਅਦ ਵਧੀਆ ਕਾਨੂੰਨ ਉਹ ਕਹਿੰਦੇ ਆ ਵੀ ਲੈ ਕੇ ਆਉਣਗੇ ਜੇ ਸਰਕਾਰ ਬਦਲ ਜਾਂਦੀ ਹੈ ਹਨਾ ਤੇ ਹੁਣ ਤਾਂ ਕਹਿੰਦੇ ਵੀ ਇਹਨਾਂ ਨੇ ਨਹੀਂ ਉਹ ਕਾਨੂੰਨ ਬਣਾਏ ਤੇ ਉਹ ਕਾਨੂੰਨ ਕਿਹੜੇ ਨੇ ਇੱਕ ਤਾਂ ਮੈਂ ਪਹਿਲਾਂ ਵੀਡੀਓ ਬਣਾਈ ਸੀ ਵੀ ਯੂਰਪ ਦੇ ਵਿੱਚ ਜੇ ਆਪਾਂ ਕਿਤੇ ਵੀ ਕੰਟਰੀ ਦੇ ਵਿੱਚ ਕੰਮ ਕਰਦੇ ਹਾਂ ਲਾਲੋ ਹੰਗਰੀ ਰੂਮਾਨੀਆ ਸਲਵਾਕੀਆ ਜਾਂ ਇਟਲੀ ਪੁਰਤਗਾਲ ਜਿਹੜੀ ਉੱਥੇ ਟੀਆਰਸੀ ਹੁੰਦੀ ਆ ਉਹ ਆਪਾਂ ਉੱਥੋਂ ਬੈਠੇ ਹੀ ਚੇਂਜ ਕਰਾ ਸਕੀਏ ਹਨਾ ਉਹਦੇ ਤੇ ਜਿਹੜੀ ਗੱਲਬਾਤ ਚੱਲ ਰਹੀ ਸੀ ਯੂਰਪੀ ਯੂਨੀਅਨ ਦੇ ਵਿੱਚ ਹਨਾ ਪਾਰਲੀਮੈਂਟ ਵਿੱਚ ਵੀ ਉਹ ਕਾਨੂੰਨ ਬਣਾਇਆ ਜਾਵੇ ਹਨਾ ਉਹਦੇ ਤੇ ਹੁਣ ਕੋਈ ਮੋੜ ਕੇ ਅਪਡੇਟ ਨਹੀਂ ਆਈ ਚਲੋ ਹੁਣ ਤਾਂ ਵੋਟਾਂ ਹੀ ਪੈ ਜਾਣੀਆਂ ਨੇ ਸਾਰੀ ਸਰਕਾਰ ਹੀ ਬਦਲ ਜਾਣੀਆਂ ਹਨਾ ਯੂਰਪੀ ਯੂਨੀਅਨ ਦੀ ਦੇਖੋ ਵੀ ਇਹ ਕਿਹੜੇ ਲੋਕਾਂ ਨੂੰ ਚੁਣਦੇ ਨੇ ਯੂਰਪ ਵਾਲੇ ਬਾਕੀ ਮਾਈਗ੍ਰੇਸ਼ਨ ਤੇ ਵੀ ਨਵਾਂ ਕਾਨੂੰਨ ਲੈ ਕੇ ਆ ਰਹੇ ਨੇ ਹਨਾ ਵੀ ਮਾਈਗ੍ਰੇਟ ਨੇ ਜਿਹੜੇ ਉਹਨਾਂ ਨੂੰ ਕਿਵੇਂ ਰੋਕਿਆ ਜਾਵੇ ਤੇ ਉਹਦੇ ਬਾਰੇ ਹੁਣ ਇੱਕ ਕਹਿ ਸਕਦੇ ਆ ਵੀ ਕਿਸੇ ਨੇ ਉਹਨਾਂ ਨੂੰ ਸਲਾਹ ਦਿੱਤੀ ਆ ਖਬਰ ਵੀ ਆਈ ਆ shanganvisa.com ਤੇ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰ ਦੂੰਗਾ ਆ ਫੋਟੋ ਦੇ ਵਿੱਚ ਤੁਸੀਂ ਦੇਖ ਲਿਓ ਹਨ ਤੇ ਉਹਦੇ ਵਿੱਚ ਸਲਾਹ ਇਹ ਦਿੱਤੀ ਗਈ ਹੈ ਵੀ ਜਿਹੜੇ ਵੀ ਏਸ਼ੀਆ ਦੇ ਵਿੱਚ ਜਾਂ ਜਿਹੜੇ ਵੀ ਤੀਜੇ ਦੇਸ਼ ਦੇ ਨਾਗਰਿਕ ਨੇ ਹਨ ਉੱਥੇ ਜਿਹੜੇ ਅਨਸਕਿੱਲ ਵਰਕਰ ਰਹਿੰਦੇ ਨੇ ਆਪਣੇ ਵਰਗੇ ਜਿਨ੍ਹਾਂ ਨੂੰ ਕੋਈ ਸਕਿੱਲ ਨਹੀਂਗਾ ਜਾਂ ਪੜ੍ਹੇ ਲਿਖੇ ਘੱਟ ਨੇ 10-12 ਹੀ ਪੜ੍ਹੇ ਹੋਏ ਨੇ ਤੇ ਉਹਨਾਂ ਨੂੰ ਕੋਈ ਕੰਮ ਵੀ ਨਹੀਂ ਆਉਂਦਾ ਹਨਾ ਸਕਿੱਲ ਵਰਕਰ ਨਹੀਂ ਹੈਗੇ ਵੀ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਵੀਜ਼ੇ ਦਿੱਤੇ ਜਾਣ ਹਨਾ ਵੀ ਇਹ ਪਾਰਲੀਮੈਂਟ ਦੇ ਵਿੱਚ ਮੁੱਦਾ ਆਵੇ ਕਿਉਂਕਿ ਜੇ ਤੀਜੇ ਦੇਸ਼ ਦੇ ਨਾਗਰਿਕ ਅਨਸਕਿੱਲ ਹੁੰਦੇ ਆ ਜਿਹੜੇ ਉਹਨਾਂ ਨੂੰ ਵੀਜ਼ੇ ਦੇਣ ਲੱਗੇ ਵਰਕ ਵੀਜ਼ੇ ਦੂਜੇ ਨਹੀਂ ਟੂਰਿਸਟ ਵੀਜ਼ੇ ਵਰਕ ਵੀਜ਼ੇ ਦਿੱਤੇ ਹਨ ਇਹ ਖਬਰ ਆਈ ਸੀਗੀ ਵੀ ਉਹਦੇ ਨਾਲ ਕੀ ਹੈ ਇੱਕ ਤਾਂ ਡੋਂਕੀ ਘਟ ਜੂਗੀ ਹਨਾ ਜਿਹੜੇ 2 ਨੰਬਰ ਵਿੱਚ ਲੋਕ ਆਉਂਦੇ ਨੇ ਕਿੰਨੀ ਜਾਨ ਹੈ ਕਿਤਾਬ ਦੀ ਜਾਨ ਮੁਸ਼ਕਲ ਵਿੱਚ ਪਾ ਕੇ ਆਉਂਦੇ ਨੇ ਫਿਰ ਆ ਕੇ ਜੇ ਇੱਧਰ ਆਉਂਦੇ ਨੇ ਇਹ ਦੇਸ਼ਾਂ ਨੂੰ ਉਹ ਬਣ ਜਾਂਦੀ ਹੈ ਸਮੱਸਿਆ ਬਣ ਜਾਂਦੀ ਹੈ ਉਹਨਾਂ ਨੂੰ ਰਹਿਣ ਲਈ ਜਗ੍ਹਾ ਦੇਣੀ ਪੈਂਦੀ ਹੈ ਪੈਸੇ ਦੇਣੇ ਪੈਂਦੇ ਨੇ ਬਹੁਤ ਮੁਸ਼ਕਲ ਆਉਂਦੀਆਂ ਨੇ ਉਹਦੇ ਤੇ ਇਹਨਾਂ ਦਾ ਪੈਸਾ ਬਹੁਤ ਖਰਚ ਹੁੰਦਾ ਵਾ ਹਨਾ ਤੇ ਉਹ ਕਹਿੰਦੇ ਵੀ ਜੇ ਰੋਕਣੀਆਂ ਤੁਸੀਂ ਇਹ ਤਾਂ ਕਿਉਂ ਨਾ ਲੋਕਾਂ ਨੂੰ ਪਹਿਲਾਂ ਹੀ ਉਧਰੋਂ ਜਿਹੜੇ ਨੌਜਵਾਨ ਨੇ ਅ ਉਧਰ ਨੌکریاں ਤੁਹਾਨੂੰ ਪਤਾ ਹੀ ਆ ਵੀ ਕੀ ਹਾਲ ਹੈ ਹਨਾ ਆਪਣੇ ਦੇਸ਼ਾਂ ਦੇ ਵਿੱਚ ਵੀ ਉਹਨਾਂ ਨੂੰ ਵਰਕ ਵੀਜ਼ੇ ਦਿੱਤੇ ਜਾਣ ਜਿਵੇਂ ਡੈਰੀ ਫਾਰਮ ਹੋ ਗਿਆ ਫੈਕਟਰੀਆਂ ਹੋ ਗਈਆਂ ਮੀਟ ਫੈਕਟਰੀਆਂ ਹੋ ਗਈਆਂ ਇਦਾਂ ਦੇ ਜਿਹੜੇ ਵੀ ਕੰਮ ਨੇ ਫਾਰਮ ਫੁਰਮ ਵੀ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਯੂਰਪ ਦੇ ਦੇਸ਼ ਨੇ ਜਿਹੜੇ ਯੂਰਪੀਅਨ ਯੂਨੀਅਨ ਨਾਲ ਸਹਿਮਤ ਨੇ ਕਈ ਉਹਦੇ ਵਿਰੋਧ ਵਿੱਚ ਵੀ ਹੁੰਦੇ ਆ ਹੁਣ ਜਿਵੇਂ ਹੰਗਰੀ ਪੋਲੈਂਡ ਇਹ ਜ਼ਿਆਤਰ ਵਿਰੋਧਚ ਹੀ ਰਹਿੰਦੇ ਨੇ ਉਹਨਾਂ ਦੀਆਂ ਨੀਤੀਆਂ ਦੇ ਵੀ ਉਦਾਂ ਦਾ ਕਾਨੂੰਨ ਲਿਆਂਦਾ ਜਾਵੇ ਵੀ ਤਾਂ ਜੋ ਤੀਜੇ ਦੇਸ਼ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਵੱਧ ਤੋਂ ਵੱਧ ਵਰਕ ਵੀਜ਼ੇ ਦਿੱਤੇ ਜਾਣ ਹਨ ਤੇ ਦੇਖੋ ਹੁਣ 6 ਜੂਨ ਤੋਂ ਲੈ ਕੇ ਵੋਟਾਂ ਵੀ ਨੇ ਵੀ ਵਧੀਆ ਸਰਕਾਰ ਚੁਣੀ ਜਾਵੇ ਆਪਾਂ ਤਾਂ ਇਹੀ ਕਹਿੰਨੇ ਆ ਵੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਵੱਧ ਤੋਂ ਵੱਧ ਭਲਾ ਹੋਵੇ ਨੌਕਰੀਆਂ ਮਿਲਣ ਕਾਨੂੰਨ ਆਉਂਦੀ ਹੋਵੇ ਸਾਰਿਆਂ ਦੇ ਭਲੇ ਸਾਰਿਆਂ ਦਾ ਫਾਇਦੇ ਨੇ ਸਾਰਿਆਂ ਦਾ ਉਹੀ ਅਜੇ ਕਾਨੂੰਨ ਬਣ ਜਾਂਦਾ ਵਾ ਉਸ ਤੋਂ ਬਾਅਦ ਫਿਰ ਇਹ ਦੇਸ਼ਾਂ ਦੇ ਵਿੱਚ ਵੀ ਜੇ ਤੁਹਾਨੂੰ ਆਸਾਨੀ ਨਾਲ ਮਿਲਣਗੇ ਵੀਜੇ ਤਾਂ ਇਹ ਦੇਸ਼ ਜ਼ਿਆਦਾ ਦਿੰਦੇ ਨੇ ਜਿਵੇਂ ਹੰਗਰੀ, ਕ੍ਰੋਸ਼ੀਆ ਹੋ ਗਿਆ ਆਹਾ ਸਰਵਾਕੀਆ, ਸਲਵੇਨੀਆ, ਚੈੱਕ ਰਿਪਬਲਿਕ, ਇਸਟੋਨੀਆ ਇਹ ਜ਼ਿਆਦਾ ਦਿੰਦੇ ਨੇ ਬਾਕੀ ਜਿਹੜੇ ਜਰਮਨ ਆ ਜਾਂਦਾ ਵਾ ਜਾਂ ਇਟਲੀ ਵਧੀਆ ਵੀਜੇ ਦਿੰਦਾ ਵਾ ਨਾ ਇਟਲੀ ਕੋ ਅੜਦਾ ਹੀ ਰਹਿੰਦਾ ਪੇਪਰ 4 ਮਹੀਨੇ ਵਾਲੇ 9 ਮਹੀਨੇ ਵਾਲੇ 6 ਮਹੀਨੇ ਵਾਲੇ ਪੇਪਰ ਕੱਢੇ ਹੁਣ ਤਾਂ ਵਧੀਆ ਲੋਕਾਂ ਦੇ ਮੈਸੇਜ ਆਉਂਦੇ ਹੁੰਦੇ ਆ ਵੀ ਬਾਈ ਮੇਰੇ ਵੀ ਨਿਕਲੇ ਪਰ ਇੱਧਰ ਆ ਕੇ ਏਜੰਟ ਵਿਚਾਰਿਆਂ ਨਾਲ ਧੋਖਾ ਕਰ ਜਾਂਦੇ ਨੇ ਉਧਰੋਂ ਬੁਲਾ ਦਿੰਦੇ ਨੇ ਇੱਧਰ ਪੇਪਰ ਨਹੀਂ ਜਮਾ ਕਰਾਉਂਦੇ ਉਹਨਾਂ ਦੇ ਤੇ ਉਹਦੇ ਤੇ ਫਿਰ ਅੱਗੇ ਜਾ ਕੇ ਵਿਚਾਰਿਆਂ ਨੂੰ ਪ੍ਰੋਬਲਮ ਆ ਜਾਂਦੀ ਆ ਵਾ ਅੱਗੇ ਕੰਮ ਨਹੀਂ ਮਿਲਦਾ ਫਿਰ ਉਹ ਵਿਚਾਰੇ ਕਿਤੇ ਪੁਰਤਗਾਲ ਜਾਂਦੇ ਆ ਸਪੇਨ ਜਾਂਦੇ ਨੇ ਹਨਾ ਵੀਰੇ ਜਿਹੜਾ ਹੈ ਨਾ ਇਟਲੀਆ ਨੂੰ ਪੇਪਰ ਤੇ ਕਿਵੇਂ ਬਣਾ ਕੇ ਆਉਂਦੇ ਨੇ ਤੇ ਕਿਵੇਂ ਹੈ ਨਾ ਹੁੰਦਾ ਉਹਨਾਂ ਪ੍ਰੋਸੈਸ ਉਹ ਵੀ ਦੱਸ ਦੇ ਇੱਕਦਮ 9 ਮਹੀਨੇ ਵਾਲੇ ਉਹ ਆਪਾਂ ਡਬਣਾ ਲੰਗ ਵੀਡੀਓ 12 ਨਾਲ ਮਹੀਨੇ ਦਾ ਵਧੀਆ ਮੈਨੂੰ ਵੱਧ ਹੈ ਨਾ ਉਹਨਾਂ ਨੂੰ ਅੱਡ ਬਣਾ ਕੇ ਦੱਸਾਂਗੇ ਵੀ ਕਿਹ ਕਿਹ ਸਾਫ ਕਿਤਾਬ ਹੁੰਦਾ ਇਟਲੀ ਦਾ ਬਾਕੀ ਇਹ ਜਾਣੀ ਅੱਜ ਦੀ ਖਬਰ ਸੀਗੀ ਇਹ ਸਾਰਿਆਂ ਨਾਲ ਸ਼ੇਅਰ ਕਰ ਦਿਓ ਜਿਹੜਾ ਇੰਡੀਆ ਤੋਂ ਆਉਣੇ ਚਾਹੁੰਦੇ ਆ ਜਾਂ ਜਿਹੜੇ ਇੱਥੇ ਬੈਠੇ ਨੇ ਟੀਆਰਸੀ ਚੇਂਜ ਕਰਾਉਣ ਨੂੰ ਵੀ ਸਾਡੀ ਜਰਮਨ ਚੇਂਜ ਹੋ ਜਾਵੇ ਫਰਾਂਸ ਹੋ ਜਾਵੇ ਇਟਲੀ ਹੋ ਜਾਵੇ ਹਨਾ ਇਹ ਸਾਰਿਆਂ ਨਾਲ ਸ਼ੇਅਰ ਕਰ ਦਿਓ ਭਰਾਵਾਂ ਨੂੰ ਵੀਡੀਓ ਜਿਹਦੇ ਤੇ ਨੇ ਵੀਰੇ ਇਨਫੋਰਮੇਸ਼ਨ ਲੈਣੀ ਆ ਪੇਪਰ ਚੈੱਕ ਕਰਾਉਣੇ ਉਹ ਨਿਕਨੋਲਜ ਹੈਗੀ ਆ ਵੀਰੇ ਉਹ ਦੀ ਚੀਜ਼ਾਂ ਵੀਰੇ ਦੱਸਾਂਦਾ ਵਸੇ ਓਏ ਇੰਸਟਾਗ੍ਰਾਮ ਤੇ ਆਪਾਂ ਨੂੰ ਸ਼ੇਅਰ ਕਰ ਦਿਆ ਕਰੋ ਠੀਕ ਆ ਜੀ ਬਾਕੀ ਧੰਨਵਾਦ ਸਾਰਿਆਂ ਦਾ ਸਤਿ ਸ੍ਰ